ਜੰਗਲਾਤ ਵਿਭਾਗ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧਦੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਜੰਗਲਾਤ ਵਿਭਾਗ ਦੇ ਵਿੱਚ ਹੋਏ ਘਟਾਲੇ ਨੂੰ ਲੈ ਕੇ ਪਹਿਲਾਂ ਹੀ ਉਹਨਾਂ ਤੇ ਸ਼ਿਕੰਜਾ ਕੱਸਿਆ ਗਿਆ ਪਰ ਹੁਣ ਹੋਰ ਵੀ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਨੇ ਸਾਧੂ ਸਿੰਘ ਧਰਮਸੋਧ ਦੀਆਂ ਵਧਣ ਵਾਲੀਆਂ ਨੇ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇੱਕ ਚਿੱਠੀ ਲਿਖੀ ਹੈ ਸੀਬੀਆਈ ਨੂੰ ਔਰ ਇਹ ਜਿਹੜੀ ਸਾਰੀ ਜਾਂਚ ਹੈ ਜੰਗਲਾਤ ਵਿਭਾਗ ਦੇ ਵਿੱਚ ਹੋਏ ਘੁਟਾਲੇ ਦੀ ਔਰ ਇੱਕ ਹੋਰ ਜਾਂਚ ਦਾ ਮੁੱਦਾ ਹੈ ਜਿਹੜਾ ਉਹ ਖੁੱਲ ਗਿਆ ਤੁਹਾਨੂੰ ਦੱਸ ਦਈਏ ਕਿ ਸਾਧੂ ਸਿੰਘ ਧਰਮਸੋਧ ਦੇ ਨਾਲ ਹੀ ਜੁੜਿਆ ਹੋਇਆ ਉਹ ਮਸਲਾ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕੁਝ ਸਟੂਡੈਂਟਸ ਨੂੰ ਵਜੀਫੇ ਵੰਡੇ ਸੀ ਔਰ ਉਸ ਸਕਾਲਰਸ਼ਿਪ ਦੇ ਮਾਮਲੇ ਵਿੱਚ ਵੀ ਘੁਟਾਲੇ ਦੀਆਂ ਖਬਰਾਂ ਆਈਆਂ ਸੀ ਬਹੁਤ ਵੱਡਾ ਸਕਾਲਰਸ਼ਿਪ ਘੁਟਾਲਾ ਵੀ ਸਾਧੂ ਸਿੰਘ ਧਰਮ ਸੋਧ ਦੇ ਨਾਲ ਹੀ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਔਰ ਹੁਣ ਉਸ ਸਕਾਲਰਸ਼ਿਪ ਮਾਮਲੇ ਦੇ ਵਿੱਚ ਵੀ ਜਿਹੜੀ ਜਾਂਚ ਪੜਤਾਲ ਹੈ ਉਹ ਕੀਤੀ ਜਾਵੇਗੀ ਔਰ ਉਹ ਜਾਂਚ ਪੜਤਾਲ ਪੰਜਾਬ ਦੀਆਂ ਪੁਲਿਸ ਟੀਮਾਂ ਵੱਲੋਂ ਨਹੀਂ ਬਲਕਿ ਸੀਬੀਆਈ ਵੱਲੋਂ ਕੀਤੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਹੀ ਜੀਕੇ ਇੰਡਸਟਰੀਜ਼ ਇੱਕ ਇੰਡਸਟਰੀ ਹੈ ਜਿਸ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਸਰਕਾਰੀ ਲਾਇਸੈਂਸ ਨਹੀਂ ਸੀ ਉਸ ਇੰਡਸਟਰੀ ਵੱਲੋਂ ਸਰਕਾਰੀ ਰੁੱਖਾਂ ਨੂੰ ਕਟਿਆ ਵੜਿਆ ਗਿਆ ਧਰਮਸੋਤ ਦੀ ਸ਼ਹਿ ਦੇ ਉੱਤੇ ਔਰ ਦੱਸਿਆ ਜਾ ਰਿਹਾ ਕਿ 5-500 ਰੁਪਏ ਪ੍ਰਤੀ ਦਰਖਤ ਇਹਨਾਂ ਨੂੰ ਪੈਸੇ ਮਿਲਦੇ ਰਹੇ ਸਾਧੂ ਸਿੰਘ ਧਰਮਸੋਤ ਇੱਕ ਇੱਕ ਰੁਖ ਨੂੰ ਕਟਾਉਣ ਦੇ ਵਿੱਚ 500 ਰੁਪਏ ਰਿਸ਼ਵਤ ਲੈਂਦੇ ਰਹੇ ਤੁਹਾਨੂੰ ਦੱਸ ਦਈਏ ਕਿ ਉਹ ਘਟਾਲਾ ਐਡਾ ਵੱਡਾ ਹੋ ਚੁੱਕਾ ਹੈ ਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਕੁਝ ਸਮਾਂ ਪਹਿਲਾਂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਵੀ ਕੀਤਾ ਸੀ ਜਾਂਚ ਪੜਤਾਲ ਚੱਲ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਹੁਣ ਸਾਧੂ ਸਿੰਘ ਧਰਮਸੋਧ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਕਿਉਂਕਿ ਜਾਂਚ ਜਿਹੜੀ ਹੈ ਹੋਰ ਸਖਤਾਈ ਨਾਲ ਹੋਵੇਗੀ ਔਰ ਸਾਧੂ ਸਿੰਘ ਧਰਮਸੋਧ ਦੀ ਇਸ ਘੁਟਾਲੇ ਦੀ ਜਿਹੜੀ ਗੁੱਥੀ ਹੈ ਉਹ ਸੁਲਝਾਉਣ ਦੇ ਲਈ ਹੁਣ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਚਿੱਠੀ ਲਿਖੀ ਹੈ ਸਕਾਲਰਸ਼ਿਪ ਘੁਟਾਲਾ ਮਾਮਲਾ ਔਰ ਜੰਗਲਾਤ ਵਿਭਾਗ ਦੇ ਵਿੱਚ ਹੋਇਆ ਜਿਹੜਾ ਘੁਟਾਲਾ ਉਹਦੀ ਜਾਂਚ ਹੁਣ ਸੀਬੀਆਈ ਕਰੇਗੀ ਔਰ ਸਾਧੂ ਸਿੰਘ ਧਰਮਸੋਧ ਦੇ ਉੱਪਰ ਜਿਹੜਾ ਸ਼ਿਕੰਜਾ ਹੋਰ ਵੀ ਸਖਤਾਈ ਦੇ ਨਾਲ ਕੱਸਿਆ ਜਾਵੇਗਾ